ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਅੱਜ ਅਸੀਂ ਕਰਾਂਗੇ ਲੇਖ ਜਿਸ ਦਾ ਨਾਮ ਹੈ ਔਨਲਾਈਨ ਖਰੀਦਦਾਰੀ। ਲੇਖ ਸ਼ੁਰੂ ਕਰਨ ਤੋਂ ਪਹਿਲੇ ਮੈਨੂੰ ਤੁਸੀਂ ਸਾਰੇ ਇੱਕ ਗੱਲ ਦਾ ਜਵਾਬ ਦਿਓ, ਤੁਹਾਡੇ ਵਿੱਚੋਂ ਕਿੰਨੇ ਕਿੰਨੇ ਔਨਲਾਈਨ ਸ਼ੋਪਿੰਗ ਕੀਤੀ ਹੈਗੀ ਆ? ਠੀਕ ਹੈ, ਚਲੋ ਸ਼ੁਰੂ ਕਰੀਏ। ਜਾਣ ਪਹਿਚਾਣ ਲਿਖਾਂਗੇ। ਔਨਲਾਈਨ ਖਰੀਦਦਾਰੀ ਤੋਂ ਭਾਵ ਘਰ ਬੈਠੇ ਬਿਠਾਏ ਕਿਸੇ ਤਰ੍ਹਾਂ ਦੀ ਖਰੀਦਦਾਰੀ ਕਰਨਾ ਹੈ। ਅਜੋਕਾ ਸਮਾਂ ਸੂਚਨਾ ਟੈਕਨੋਲੋਜੀ ਦਾ ਯੁੱਗ ਹੈ। ਅੱਜ ਕੱਲ੍ਹ ਸਮਾਨ ਵੇਚਣ ਵਾਲੀਆਂ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਔਨਲਾਈਨ ਆਰਡਰ ਕਰਨ 'ਤੇ ਘਰ ਹੀ ਸਮਾਨ ਭੇਜ ਦਿੰਦੀਆਂ ਹਨ। ਇਸ ਤਰ੍ਹਾਂ ਦੀ ਖਰੀਦਦਾਰੀ ਦੇ ਬਹੁਤ ਸਾਰੇ ਲਾਭ ਅਤੇ ਨੁਕਸਾਨ ਵੀ ਹਨ। ਨੈਕਸਟ ਪੁਆਇੰਟ ਬਣਾਵਾਂਗੇ, ਵੱਖ ਵੱਖ ਕੰਪਨੀਆਂ। ਔਨਲਾਈਨ ਖਰੀਦਦਾਰੀ ਕਰਨ ਵਾਲੀਆਂ ਬਹੁਤ ਹੀ ਵੱਡੀਆਂ ਵੱਡੀਆਂ ਕੰਪਨੀਆਂ ਹਨ। ਇਹਨਾਂ ਵਿੱਚ ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ, ਹੋਮ ਸ਼ੋਪ 18, ਕੋਵਸ, ਮੰਤਰਾ, ਜੀਓ ਮਾਰਟ ਆਦਿ ਦੇ ਨਾਮ ਲਏ ਜਾ ਸਕਦੇ ਹਨ। ਅਜਿਹੀਆਂ ਸਾਰੀਆਂ ਕੰਪਨੀਆਂ ਹੀ ਹਰ ਤਰ੍ਹਾਂ ਦਾ ਸਮਾਨ ਔਨਲਾਈਨ ਵੇਚਣ ਦਾ ਕੰਮ ਕਰਦੀਆਂ ਹਨ। ਨੈਕਸਟ ਪੁਆਇੰਟ ਬਣਾਵਾਂਗੇ, ਔਨਲਾਈਨ ਖਰੀਦਦਾਰੀ। ਘਰ ਬੈਠੇ ਬਿਠਾਏ ਸਮਾਨ ਖਰੀਦਣ ਵਾਸਤੇ ਗਾਹਕ ਕਿਸੇ ਵੀ ਕੰਪਨੀ ਦੀ ਸਾਈਟ 'ਤੇ ਜਾ ਕੇ ਮਨਪਸੰਦ ਵਸਤੂ ਦੀ ਖਰੀਦਦਾਰੀ ਕਰਨ ਲਈ ਆਰਡਰ ਕਰਦੇ ਹਨ। ਸਾਰੀਆਂ ਹੀ ਕੰਪਨੀਆਂ ਨੇ ਆਪੋ ਆਪਣੀਆਂ ਸਾਈਟਾਂ 'ਤੇ ਹਰ ਤਰ੍ਹਾਂ ਦੇ ਸਮਾਨ ਦੀ ਕੀਮਤ ਉਸ ਉੱਪਰ ਦਿੱਤੀ ਗਈ ਛੋਟ ਬਾਰੇ ਦੱਸਿਆ ਹੁੰਦਾ ਹੈ। ਗਾਹਕ ਲੋੜੀਂਦੀ ਵਸਤੂ ਪਸੰਦ ਕਰ ਉਸੇ ਸਾਈਟ 'ਤੇ ਹੀ ਆਰਡਰ ਕਰਦਾ ਹੈ। ਇਸ ਲਈ ਗਾਹਕ ਵੱਲੋਂ ਆਪਣਾ ਪੂਰਾ ਪਤਾ ਦਿੱਤਾ ਜਾਂਦਾ ਹੈ ਅਤੇ ਕੰਪਨੀ ਗਾਹਕ ਨੂੰ ਈਮੇਲ ਰਾਹੀਂ ਜਾਂ ਮੋਬਾਈਲ ਰਾਹੀਂ OTP ਭੇਜ ਕੇ ਆਰਡਰ ਬਾਰੇ ਜਾਣਕਾਰੀ ਲੈ ਲੈਂਦੀ ਹੈ। ਇਸ ਤਰ੍ਹਾਂ ਕੁਝ ਦਿਨਾਂ 'ਚ ਸਮਾਨ ਗਾਹਕ ਦੇ ਘਰ ਪਹੁੰਚ ਜਾਂਦਾ ਹੈ ਅਤੇ ਪੈਸਿਆਂ ਦਾ ਭੁਗਤਾਨ ਨਗਦ ਜਾਂ ਕ੍ਰੈਡਿਟ ਕਾਰਡ ਰਾਹੀਂ ਕੀਤਾ ਜਾਂਦਾ ਹੈ। ਨੈਕਸਟ ਪੁਆਇੰਟ ਆਏਗਾ, ਔਨਲਾਈਨ ਖਰੀਦਦਾਰੀ ਦੇ ਲਾਭ। ਅਜੋਕੇ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ 'ਚ ਔਨਲਾਈਨ ਸ਼ੋਪਿੰਗ ਦੇ ਬਹੁਤ ਸਾਰੇ ਲਾਭ ਹਨ। ਇਸ ਨਾਲ ਬਾਜ਼ਾਰ ਜਾਣ ਵਾਲਾ ਸਮਾਂ ਅਤੇ ਖੇਚਲ ਬਚਦੀ ਹੈ। ਇਸੇ ਤਰ੍ਹਾਂ ਔਨਲਾਈਨ ਸ਼ੋਪਿੰਗ 'ਤੇ ਸਮਾਨ ਕੁਝ ਸਸਤਾ ਵੀ ਮਿਲਦਾ ਹੈ। ਇਸ ਦਾ ਕਾਰਨ ਇਹ ਹੋਇਆ ਕਿ ਇਹ ਕੰਪਨੀਆਂ ਸਮਾਨ ਬਣਾਉਣ ਵਾਲੀ ਕੰਪਨੀ ਤੋਂ ਸਿੱਧਾ ਅਤੇ ਇਕੱਠਾ ਸਮਾਨ ਖਰੀਦਦੀਆਂ ਹਨ। ਇਸ ਤਰ੍ਹਾਂ ਸਮਾਨ ਬਣਾਉਣ ਵਾਲੀ ਕੰਪਨੀ 'ਤੇ ਖਰੀਦਦਾਰ ਵਿਚਲੇ ਬਹੁਤੇ ਵਿਚੋਲਿਆਂ ਵੱਲੋਂ ਰੱਖਿਆ ਜਾਣ ਵਾਲਾ ਲਾਭ ਗਾਹਕਾਂ ਨੂੰ ਦੇ ਦਿੱਤਾ ਜਾਂਦਾ ਹੈ। ਅਗਲਾ ਪੁਆਇੰਟ ਆਏਗਾ, ਔਨਲਾਈਨ ਖਰੀਦਦਾਰੀ ਦੇ ਨੁਕਸਾਨ। ਜਿੱਥੇ ਇਸ ਤਰ੍ਹਾਂ ਦੀ ਖਰੀਦਦਾਰੀ ਦੇ ਬਹੁਤ ਸਾਰੇ ਲਾਭ ਹਨ, ਉੱਥੇ ਇਸ ਦੇ ਕਈ ਨੁਕਸਾਨ ਵੀ ਹਨ। ਸਭ ਤੋਂ ਪਹਿਲਾ ਨੁਕਸਾਨ ਇਹ ਹੈ, ਜਿਹੜੀਆਂ ਵਸਤਾਂ ਜਿਸ ਤਰ੍ਹਾਂ ਦੀਆਂ ਇੰਟਰਨੈੱਟ ਰਾਹੀਂ ਵਿਖਾਈਆਂ ਜਾਂਦੀਆਂ ਹਨ ਉਹ ਜਦੋਂ ਅਸਲੀ ਰੂਪ 'ਚ ਵੇਖੀਆਂ ਜਾਂਦੀਆਂ ਹਨ ਤਾਂ ਉਹ ਜਿਹੀਆਂ ਨਹੀਂ ਜਾਪਦੀਆਂ। ਇਸੇ ਤਰ੍ਹਾਂ ਵਾਰੀ ਜਿਹੜਾ ਸਮਾਨ ਗਾਹਕ ਨੂੰ ਮਿਲਦਾ ਹੈ ਉਹਦੀ ਗੁਣਵੱਤਾ 'ਚ ਘਾਟ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਆਰਡਰ ਦੇਣ ਮਗਰੋਂ ਸਮਾਨ ਕਈ ਦਿਨਾਂ ਬਾਅਦ ਹੀ ਮਿਲਦਾ ਹੈ। ਨੈਕਸਟ ਪੁਆਇੰਟ ਆਏਗਾ, ਸਮਾਨ ਵਾਪਸ ਕਰਨ ਦੀ ਸਹੂਲਤ। ਸਾਰੀਆਂ ਕੰਪਨੀਆਂ ਹੀ ਭਾਵੇਂ ਔਨਲਾਈਨ ਸ਼ੋਪਿੰਗ 'ਤੇ ਖਰੀਦਦੇ ਸਮਾਨ ਦੀ ਵਾਪਸੀ ਦੀ ਗੱਲ ਮੰਨਦੀਆਂ ਹਨ, ਪਰ ਅਸੀਂ ਵੇਖਦੇ ਹਾਂ ਕਿ ਕੰਪਨੀਆਂ ਸਮਾਨ ਲਈ ਦਿੱਤੇ ਪੈਸੇ ਵਾਪਸ ਕਰਨ ਲਈ ਉਹਨਾਂ ਪੈਸਿਆਂ ਨਾਲ ਹੋਰ ਖਰੀਦਦਾਰੀ ਕਰਨ ਲਈ ਹੀ ਆਖਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਔਨਲਾਈਨ ਸ਼ੋਪਿੰਗ ਕਰਨ ਲਈ ਬਹੁਤ ਸੁਚੇਤ ਹੋਣ ਦੀ ਲੋੜ ਹੈ। ਅਜਿਹੀ ਖਰੀਦਦਾਰੀ ਕਰਨ ਲਈ ਮੁਕਾਬਲੇ ਦੇ ਦੌਰ ਨੂੰ ਧਿਆਨ 'ਚ ਰੱਖਦਿਆਂ ਹਰ ਸਾਈਟ 'ਤੇ ਵਸਤਾਂ ਦੀ ਕੀਮਤ 'ਤੇ ਛੋਟ ਬਾਰੇ ਜਾਣ ਲੈਣਾ ਚਾਹੀਦਾ ਹੈ। ਲਾਸਟ 'ਤੇ ਸਿੱਟਾ, ਆਖਿਰ 'ਤੇ ਕਿਹਾ ਜਾ ਸਕਦਾ ਹੈ, ਜਿੱਥੇ ਔਨਲਾਈਨ ਸ਼ੋਪਿੰਗ ਦੇ ਬਹੁਤ ਸਾਰੇ ਲਾਭ ਹਨ ਉੱਥੇ ਇਸ ਦੇ ਕੁਛ ਨੁਕਸਾਨ ਵੀ ਹਨ। ਇਸ ਲਈ ਅਜਿਹੀ ਖਰੀਦਦਾਰੀ ਬਹੁਤ ਹੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਮੇਂ ਅਤੇ ਪੈਸੇ ਦੀ ਬੱਚਤ ਕੀਤੀ ਜਾ ਸਕਦੀ ਹੈ।